ਪਹਿਲੇ ਇੱਕ ਵਾਰੀ ਪਾਣੀ 'ਚ ਕੈਮੀਕਲ ਪਾਇਆ ਪੀਆ, ਇੱਕ ਵਾਰ ਦੁੱਧ 'ਚ ਪਾਣੀ ਪਾ ਕੇ ਦੁੱਧ 'ਚ ਪਾ ਕੇ ਲੈ ਕੇ ਆਏਗਾ, ਉਹਦੇ ਦੁੱਧ 'ਤੇ ਪਿਤਾ ਨੇ ਕੈਮੀਕਲ ਸਕੂਲ 'ਚ ਫੋਨ ਆ ਗਿਆ ਸੀਗਾ ਵੀ ਬੱਚਾ ਮੋਮਟਿੰਗ ਲੱਗ ਗਈ, ਬੱਚੇ ਨੂੰ ਲੈ ਜਾਓ ਵਾਪਸ। ਪਾਣੀ ਦੀ ਜਿਹੜੀ ਪਾਣੀ ਦੀ ਬੋਟਲ ਸੀ ਸਕੂਲ ਵਾਲੀ, ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ। ਇੱਕ ਮਤਰੇ ਪਿਓ ਦੇ ਵੱਲੋਂ ਆਪਣੀ ਹੀ 9 ਸਾਲ ਦੀ ਬੱਚੀ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਬੱਚੀ ਸਕੇਟਿੰਗ ਸਿੱਖ ਕੇ ਘਰ ਰਾਤ ਨੂੰ ਵਾਪਸ ਆਪਣੇ ਪਿਓ ਦੇ ਨਾਲ ਕਾਰ ਦੇ ਵਿੱਚ ਬੈਠ ਕੇ ਆ ਰਹੀ ਸੀ ਤਾਂ ਉਸ ਸਮੇਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਿਹਾ ਜਾ ਰਿਹਾ ਕਿ ਤੌਲੀਏ ਦੇ ਨਾਲ ਗਲਾ ਘੁੱਟ ਕੇ ਬੱਚੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਜੋ ਬੱਚੀ ਦੀ ਮਾਂ ਹੈ ਉਸਦਾ ਦੂਸਰਾ ਵਿਆਹ ਇਸ ਸ਼ਖਸ ਦੇ ਨਾਲ ਹੋਇਆ ਸੀ ਜੋ ਕਿ ਬੱਚੀ ਨੂੰ ਹਮੇਸ਼ਾ ਹੀ ਨਾਪਸੰਦ ਕਰਦਾ ਸੀ ਅਤੇ ਜਿਸ ਦੇ ਕਾਰਨ ਉਸਨੇ ਪਹਿਲਾਂ ਵੀ ਇਸ ਬੱਚੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਸਮੇਂ ਕਿਸਮਤ ਚੰਗੀ ਸੀ ਕਿ ਬੱਚੀ ਦੀ ਜਾਨ ਬਚ ਗਈ, ਪਰ ਹੁਣ ਇੱਕ ਵਾਰ ਮੁੜ ਤੋਂ ਉਸਨੇ ਬੱਚੀ ਦੀ ਜਾਨ ਲੈ ਲਈ ਹੈ। ਅਜਿਹੇ ਇਲਜ਼ਾਮ ਜੋ ਨੇ ਹੁਣ ਬੱਚੀ ਦੀ ਨਾਨੀ ਅਤੇ ਮਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਤਰੇ ਪਿਓ ਨੇ ਆਪਣੀ ਹੀ ਧੀ ਦਾ ਆਪਣੇ ਹੱਥਾਂ ਨਾਲ ਕਤਲ ਕਰ ਦਿੱਤਾ। ਦਰਅਸਲ ਤੁਹਾਨੂੰ ਪੂਰੇ ਮਾਮਲੇ ਬਾਰੇ ਦੱਸ ਦਈਏ ਕਿ ਇੱਕ 9 ਸਾਲ ਦੀ ਬੱਚੀ ਜਦੋਂ ਸ਼ਾਮ ਨੂੰ 7 ਵਜੇ ਸਕੇਟਿੰਗ ਸਿੱਖਣ ਦੇ ਲਈ ਗਈ ਤਾਂ ਵਾਪਸੀ 'ਤੇ ਜਦੋਂ ਉਸਦਾ ਪਿਓ ਉਸਨੂੰ ਲੈਣ ਦੇ ਲਈ ਗਿਆ ਤਾਂ ਉਦੋਂ ਹੀ ਉਸਦੀ ਮਾਂ ਨੂੰ ਸ਼ੱਕ ਹੋ ਗਿਆ ਸੀ ਬੱਚੀ ਦੀ ਕਿ ਆਖਰ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਜਿਸ ਤੋਂ ਬਾਅਦ ਉਸਦੇ ਵੱਲੋਂ ਲਗਾਤਾਰ ਆਪਣੇ ਪਤੀ ਨੂੰ ਫੋਨ ਕਰਕੇ ਬੱਚੀ ਦੇ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਉਸਨੇ ਕਿਹਾ ਕਿ ਉਹ ਰਸਤੇ ਦੇ ਵਿੱਚ ਆ ਰਹੇ ਨੇ, ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੈ। ਇਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਜਦੋਂ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਪੀਜ਼ਾ ਖਾ ਰਹੇ ਨੇ। ਪਰ ਜਿਵੇਂ ਹੀ ਉਹ ਆਪਣੇ ਘਰ ਪਹੁੰਚਣ ਲੱਗੇ ਤਾਂ ਸੋਤੇਲੇ ਪਿਓ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਕਿ ਬੱਚੀ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ, ਉਹ ਜਲਦੀ ਤੋਂ ਨੀਚੇ ਆਵੇ। ਜਿਸ ਤੋਂ ਬਾਅਦ ਉਹ ਨੀਚੇ ਆਉਂਦੀ ਹੈ ਤਾਂ ਦੇਖਦੀ ਹੈ ਕਾਰ ਦੇ ਵਿੱਚ ਬੱਚੀ ਜੋ ਹੈ ਬੇਹੋਸ਼ ਹਾਲਤ ਦੇ ਵਿੱਚ ਪਈ ਹੁੰਦੀ ਹੈ ਅਤੇ ਜਦੋਂ ਉਸਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਬੱਚੀ ਦੀ ਮਾਂ ਦੇ ਵੱਲੋਂ ਆਪਣੇ ਹੀ ਪਤੀ ਦੇ ਉੱਤੇ ਕਤਲ ਦੇ ਇਲਜ਼ਾਮ ਲਗਾਏ ਗਏ ਨੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਬਸ ਬੇਟਾ ਕਲਾਸ 'ਚ ਲੈ ਕੇ ਗਿਆ ਗਾ, ਸਟੇਟਿੰਗ ਕਲਾਸ ਲਾਉਂਦੇ ਹੁੰਦੇ ਸੀ ਕਦੇ, ਅਤੇ 6 ਵਜੇ ਦੀ ਗਈ ਸਾਰੇ ਸਵਾ 9 ਲੈ ਕੇ ਆਏਗਾ ਕਦੇ ਮਾਰੀ ਵੀ। ਪਹਿਲੇ ਇੱਕ ਵਾਰੀ ਪਾਣੀ 'ਚ ਕੈਮੀਕਲ ਪਾਇਆ ਪੀਆ, ਇੱਕ ਵਾਰ ਦੁੱਧ 'ਚ ਪਾਣੀ ਪਾ ਕੇ ਦੁੱਧ 'ਚ ਪਾ ਕੇ ਲੈ ਕੇ ਆਏਗਾ, ਉਹਦੇ ਦੁੱਧ 'ਤੇ ਪਿਤਾ ਨੇ ਕੈਮੀਕਲ ਸਕੂਲ 'ਚ ਫੋਨ ਆ ਗਿਆ ਸੀਗਾ ਵੀ ਬੱਚਾ ਮੋਮਟਿੰਗ ਲੱਗ ਗਈ, ਬੱਚੇ ਨੂੰ ਲੈ ਜਾਓ ਵਾਪਸ। ਪਾਣੀ ਦੀ ਜਿਹੜੀ ਪਾਣੀ ਦੀ ਬੋਟਲ ਸੀ ਸਕੂਲ ਵਾਲੀ, ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ। ਨਾ ਜੀ, ਫਿਰ ਕੁੜੀ ਕਹਿੰਦੀ ਮੰਮੀ ਨਹੀਂ, ਕਹਿੰਦੀ ਆਪਾਂ ਨੂੰ ਗਲਤ ਫਹਿਮੀ ਹੋ ਗਈ, ਨਹੀਂ ਐਸਾ ਕੰਮ ਕਾਂਡ ਨਹੀਂ ਕਰ ਸਕਦਾ ਇਹ। ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦਿੱਤੇ ਰਾਜੇ ਸਿੰਘ ਦਾ ਧੋਖਾ ਖਾ। ਬਸ ਰਾਜੇ ਕੁੜੀ ਨੂੰ ਲਾਈਕ ਨਹੀਂ ਸੀ ਕਰਦੇ, ਸਾਲ ਹੋ ਗਏ ਸੀ ਵਿਆਹ ਨੂੰ, ਕੁੜੀ ਨੇ ਪਾਪਾ ਪਾਪਾ ਕਰਦੇ, ਪਾਪਾ ਅੱਜ ਮੇਰੇ ਪੇਪਰ ਹੈ, ਤੁਸੀਂ ਬੈਸਟ ਆਫ ਲਗੋ ਲਓ, ਕਦੇ ਉਂਗਲ ਲਾ ਕੇ ਬਾਜ਼ਾਰ ਸੀ ਲੈ ਕੇ ਜਾਂਦਾ ਸੀ, ਕਦੇ ਕੁਛ ਨਹੀਂ ਸੀ ਲਾਈਕ ਨਹੀਂ ਕਰਦਾ। 2 ਮਹੀਨੇ ਤਾਂ ਕਹਿਣ ਲੱਗੇ ਤੇਰੇ ਮਾਇਕੇ ਛੱਡ ਦੇ ਕੁੜੀ ਨੂੰ, ਉਹ ਕਹਿੰਦੀ ਫਿਰ ਨਵਾਂ ਸੈਕਸ਼ਨ ਸ਼ੁਰੂ ਹੋ ਰਿਹਾ, ਕਹਿੰਦੀ ਅਸੀਂ ਬਾਏ, ਅਸੀਂ ਚੱਲੇ, ਜਾਣਾ ਵੀ ਨਹੀਂ ਤੁਸੀਂ, ਛੱਡਣਾ ਵੀ ਨਹੀਂ, ਅਤੇ ਕੁੜੀ ਦੇ ਬਸ ਰਾਤ ਡੈਡ ਬੋਡੀ ਖਤਮ ਕਰ। ਹੁਣ ਕਿੱਥੇ ਆ ਉਹ? ਫਰਾਰ ਹੈ। ਮੰਗ ਤਾਂ ਅਸੀਂ ਇਹੀ ਕਰਦੇ ਸਾਨੂੰ ਤਾਂ ਇਨਸਾਫ ਚਾਹੀਦਾ, ਬਰਾਬਰ ਸਾਡੇ ਬਰਾਬਰ ਮਾਰ ਹੋ, ਕੁੜੀ ਨੂੰ ਅਸੀਂ ਫਿਰ ਚੱਕਾਂਗੇ, ਅਸੀਂ ਬਸ ਇਨਸਾਫ ਮੰਗਦੇ। ਮਾਰਿਆ ਉਹਦੇ ਬਾਪ ਨਹੀਂ ਹੈ? ਹਾਂਜੀ, ਕੁੜੀ ਦੇ ਬਾਪ ਨੇ ਮਾਰਿਆ। ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ? ਕੁਛ ਘਰੋਂ ਲੈ ਕੇ ਗਿਆ ਜੀ, ਤੌਲੀਆ ਤਰਵਾਇਆ ਗੱਡੀ ਦੇ ਵਿੱਚ, ਕਦੇ ਅੱਗੇ ਨਾ ਪਿੱਛੇ ਤੌਲੀਆ ਤਰਿਆ, ਮੈਂ ਪੀਜ਼ਾ ਖਵਾ ਰਿਹਾ ਜੀ, ਮੈਂ ਫਲਾਣਾ ਕਰ ਰਿਹਾ ਜੀ, ਮੈਂ ਤਿਮਕਾ ਕੁਛ ਨਹੀਂ ਕੀਤਾ ਉਹਨੇ, ਇਹ ਤਾਂ ਸਿਰਫ ਪਲਾਨ ਬਣਾ ਕੇ ਗਏ, ਲੈ ਕੇ ਗਏ ਟਾਵਲ ਰੱਖਿਆ, ਟਾਵਲ ਆਈ ਨਹੀਂ ਪਤਾ, ਮੂੰਹ 'ਤੇ ਰੱਖ ਕੇ ਮਾਰੀ ਹੈ ਜੀ ਕੁੜੀ, ਰੱਬ ਜਾਣੇ ਕਿਵੇਂ ਮਾਰੀ ਹੈ, ਕੁੜੀ ਦੇ ਨਾਖੂਨ ਮਾਰੇ ਪਏ ਸੀ, ਪੂਰਾ ਨੋਚਿਆ ਪਿਆ ਸੀ। ਹਾਂਜੀ ਹਾਂਜੀ, ਨਹੀਂ ਨਹੀਂ ਨਹੀਂ, ਕੁੜੀ ਸਪੈਸ਼ਲ ਲੈ ਕੇ ਗਏ, ਸਟੇਡੀਅਮ ਕਲਾਸ ਲਾਉਂਦੀ ਹੁੰਦੀ ਸੀ 6 ਤੋਂ 7 ਵਜੇ ਤੱਕ ਦੀ, 7 ਵਜੇ ਤੋਂ ਬਾਅਦ 9:15 ਲੈ ਕੇ ਆਇਆ ਫਟਾਫਟ, ਕਹਿੰਦਾ ਨੀਚੇ ਆ ਜਾ ਮੇਰੀ ਬੇਟੀ ਨੂੰ ਕਹਿੰਦਾ,
ਤੇ ਮਾਨਵੀ ਦੀ ਹਾਲਤ ਖਰਾਬ ਹੈ, ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ। ਹਾਂਜੀ, ਉੱਥੇ ਮਾਰ ਕੇ ਲੈ ਕੇ ਆਇਆ ਜੀ। ਸਾਨੂੰ ਤਾਂ ਇਨਸਾਫ ਇਹ ਚਾਹੀਦਾ ਬਰਾਬਰ, ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝੋ, ਖਤਮ ਕਰਵਾਓ ਸਰ। ਹਾਂਜੀ, ਅਤੇ ਉਹਨਾਂ ਦਾ ਕੋਈ ਨਹੀਂ ਆਇਆ, ਸਾਨੂੰ ਇਨਸਾਫ ਚਾਹੀਦਾ, ਅਸੀਂ ਬੱਚੇ ਨੂੰ ਬਾਅਦ 'ਚ ਚੁੱਕਾਂਗੇ, ਸਾਨੂੰ ਇਨਸਾਫ ਚਾਹੀਦਾ। ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਘਰ ਕਿਉਂ ਨਹੀਂ ਆਈ, ਕਹਿੰਦੇ ਅਸੀਂ ਮਾਰਕੀਟ ਜਾ ਰਹੇ ਹਾਂ, ਉਹਨੂੰ ਪੀਜ਼ਾ ਵਗੈਰਾ ਖਵਾਊਂਗਾ ਅਤੇ ਜਮੈਟਰੀ ਦਿਵਾਉਣੀ ਹੈ। ਮੈਨੂੰ ਕਿਹਾ ਕੋਈ ਨਹੀਂ ਘਰ ਆ ਜਾਓ, ਆਪਾਂ ਕੱਲ੍ਹ ਨੂੰ ਚੱਲਾਂਗੇ। ਕਹਿੰਦੇ ਨਹੀਂ, ਮੈਂ ਜਾ ਰਿਹਾ। ਮੈਂ ਫਿਰ 8 ਵਜੇ ਫੋਨ ਕੀਤਾ, ਮੈਂ ਕਿਹਾ ਇੰਨੀ ਲੇਟ ਹੋ ਗਿਆ, ਆਏ ਨਹੀਂ। ਕਹਿੰਦੇ ਠਹਿਰ ਕੇ ਆਵਾਂਗੇ, ਅਸੀਂ ਹਲੇ ਘੁੰਮ ਰਹੇ ਹਾਂ। ਫਿਰ ਮੈਂ 9:45, ਮੈਂ ਕਿਹਾ ਹੁਣ 9:45 ਆਏ ਨਹੀਂ ਹਲੇ, ਕਹਿੰਦੇ ਦੁੱਧ ਲੈ ਕੇ ਆ ਰਿਹਾ। ਫਿਰ 9 ਵਜੇ ਫੋਨ ਕੀਤਾ, ਕਹਿੰਦੇ ਤੂੰ ਛੇਤੀ ਨੀਚੇ ਆ, ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਮਾਨੀ ਨੂੰ ਕੀ ਹੋ ਗਿਆ। ਜਦੋਂ ਮੈਂ ਨੀਚੇ ਆਈ ਤਾਂ ਗੱਡੀ ਨਹੀਂ ਸੀ, ਮੈਂ ਦੁਬਾਰਾ ਫਿਰ ਫੋਨ ਕੀਤਾ, ਅਤੇ ਜਦੋਂ ਮੈਂ ਆਈ ਨੀਚੇ, ਮਾਨੀ ਬਿਲਕੁਲ ਬੁਰਾ ਹਾਲ, ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ। ਅਤੇ ਮੈਨੂੰ ਕਿਹਾ ਮਾਨੀ ਨੂੰ ਕੀ ਹੋ ਗਿਆ, ਕਹਿੰਦੇ ਪਤਾ ਨਹੀਂ, ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ, ਹੁਣੀ ਹੁਣੀ ਪਤਾ ਨਹੀਂ, ਕਹਿੰਦੇ ਪੀਜ਼ਾ ਖਾਧਾ, ਪੀਜ਼ਾ ਖਾਧਾ, ਪੀਜ਼ਾ ਖਾ ਕੇ ਕੁਛ ਹੋ ਗਿਆ। ਬਸ ਫਿਰ ਉਸ ਤੋਂ ਬਾਅਦ ਅਸੀਂ ਹੋਸਪਿਟਲ ਲਿਆਏ, ਉਹਨੂੰ ਕੁਛ ਵੀ ਨਹੀਂ ਸੀ ਉਹਦੇ ਵਿੱਚ। ਹਾਂਜੀ, ਅੱਜ ਤੋਂ 2-2.5 ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਿਲਾਇਆ ਸੀ। ਤੁਸੀਂ ਸਕੂਲ ਵਾਲੇ ਨੂੰ ਪੁੱਛ ਸਕਦੇ ਹੋ, ਹੋਲੀ ਆਰਟ ਸਕੂਲ 'ਚ ਪੜ੍ਹਦੀ ਸੀ। ਬਸ ਉਦੋਂ ਐਂ ਲੱਗਿਆ ਵੀ ਗਲਤ ਫਹਿਮੀ ਹੋ ਰਹੀ ਹੈ, ਗਲਤ ਫਹਿਮੀ ਹੋ ਰਹੀ ਹੈ। ਬਸ ਉਹ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ, ਸਾਡੀ ਪ੍ਰੀ ਮੈਰਿਜ ਹੋਈ ਹੈ, ਅਤੇ ਕਹਿੰਦੇ ਸੀ ਵੀ ਅਸੀਂ ਗੁੜੀਆਂ ਨੂੰ ਨਹੀਂ ਰੱਖਣਾ, ਆਪਾਂ ਦੋਨੇ ਰਵਾਂਗੇ। ਕਿੰਨਾ ਟਾਈਮ ਪਹਿਲਾਂ ਮੈਰਿਜ ਹੋਈ? ਇੱਕ ਸਾਲ ਹੋਇਆ। ਨਹੀਂ, ਸਾਨੂੰ ਜ਼ਮੀਨੇ ਇੱਕ ਮੈਰਿਜ ਦੱਸੀ ਸੀਗੀ। ਰਮੇਸ਼ ਕੁਮਾਰ ਜੀ, ਕਾਰਨ ਇਹ ਦੱਸਣਾ ਚਾਹੁੰਦਾ ਸੀ ਜੀ, ਬਸ ਇਹੀ ਕਾਰਨ, ਹੋਰ ਕਾਰਨ ਹੋ ਸਕਦਾ। ਪਹਿਲਾਂ ਇਹਦੇ ਨਾਲ ਗੱਲਬਾਤ ਹੋ ਗਈ ਵੀ ਅਸੀਂ ਰੱਖਾਂਗੇ, ਤਾਂ ਭੇਜੀ ਕੁੜੀ ਇਹ। ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਜਿੱਥੇ, ਕੋਈ ਰੈਸਟ ਨਹੀਂ ਹੋਇਆ। ਇਹ ਸੈਕਿੰਡ ਮੈਰਿਜ ਸੀਗੀ, ਕੁੜੀ ਦੀ ਸੈਕਿੰਡ ਮੈਰਿਜ ਹੈ, ਉਹਦੀ ਸੁਣ 'ਚ 3-4 ਮੈਰਿਜਾਂ ਹੋ ਚੁੱਕੀਆਂ, ਇਹ ਪਤਾ ਸਾਨੂੰ ਕਿੰਨੀਆਂ ਹੋਈਆਂ ਨੇ, ਸੁਣ 'ਚ ਆਇਆ ਹੈਗਾ। ਹਾਂਜੀ, ਉਹ ਕੰਮ ਕਦੇ ਕੋਈ ਕਰਦੇ, ਕੋਈ ਕੰਮ ਨਹੀਂ ਜੀ ਉਹਦਾ, ਕੁਛ ਨਹੀਂ ਕਰਦਾ ਕੀ। ਹਾਂ, ਕੀ ਕਰਦਾ ਜੀ ਸਾਨੂੰ ਕੁਛ ਨਹੀਂ ਪਤਾ ਜੀ ਉਹਦੇ ਬਾਰੇ। ਹਾਂਜੀ।